ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਮੁਲਤਾਨ ਦੀ ਫੇਰੀ। ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਸਾਹਿਬ ਜੀ ਮੁਲਤਾਨ ਗਏ ਤਾਂ ਮੁਲਤਾਨ ਸ਼ਹਿਰ ਮੁਸਲਮਾਨ ਫਕੀਰਾਂ ਨਾਲ ਭਰਿਆ ਪਿਆ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਆਉਣ ਬਾਰੇ ਸੁਣ ਕੇ ਡਰ ਗਏ ਕਿ ਜੇ ਇਹ ਇੱਥੇ ਟਿਕੇ ਤਾਂ ਸਾਡੀ ਪੂਜਾ ਪ੍ਰਤਿਸ਼ਠਾ ਖਤਮ ਹੋ ਜਾਵੇਗੀ। ਉਹਨਾਂ ਨੇ ਦੁੱਧ ਦਾ ਭਰਿਆ ਹੋਇਆ ਇੱਕ ਕਟੋਰਾ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ, ਜਿਸ ਵਿੱਚ ਇੱਕ ਵੀ ਬੂੰਦ ਦੁੱਧ ਹੋਰ ਨਹੀਂ ਸੀ ਪੈ ਸਕਦਾ, ਜਿਸ ਦਾ ਭਾਵ ਸੀ ਕਿ ਇਹ ਸ਼ਹਿਰ ਤਾਂ ਪਹਿਲਾਂ ਹੀ ਪੀਰਾਂ ਫਕੀਰਾਂ ਨਾਲ ਭਰਿਆ ਪਿਆ ਹੈ, ਇੱਥੇ ਕਿਸੇ ਹੋਰ ਸਾਧੂ ਸੰਤ ਦੀ ਕੋਈ ਥਾਂ ਨਹੀਂ ਹੈ। ਗੁਰੂ ਜੀ ਨੇ ਚਮੇਲੀ ਦਾ ਇੱਕ ਫੁੱਲ ਤੋੜ ਕੇ ਕਟੋਰੇ ਦੇ ਵਿੱਚ ਪਾ ਕੇ ਵਾਪਸ ਭੇਜ ਦਿੱਤਾ, ਜਿਸ ਦਾ ਮਤਲਬ ਸੀ ਕਿ ਅਸੀਂ ਇੱਥੇ ਕਿਸੇ ਉੱਤੇ ਬੋਝ ਨਹੀਂ ਬਣਾਂਗੇ, ਬਲਕਿ ਇਵੇਂ ਸਭ ਦੇ ਦਿਲਾਂ ਦੇ ਵਿੱਚ ਸਮਾ ਜਾਵਾਂਗੇ ਜਿਵੇਂ ਇਸ ਕਟੋਰੇ ਦੇ ਵਿੱਚ ਇਹ ਫੁੱਲ ਸਮਾ ਗਿਆ ਹੈ। ਬਹੁਤ ਸਾਰੇ ਫਕੀਰ ਗੁਰੂ ਜੀ ਨਾਲ ਚਰਚਾ ਕਰਨ ਲਈ ਆਏ, ਪਰ ਸਭ ਹਾਰ ਗਏ। ਅੰਤ ਵਿੱਚ ਉਹ ਗੁਰੂ ਜੀ ਦੇ ਉਪਦੇਸ਼ ਅੱਗੇ ਝੁਕ ਗਏ ਅਤੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਣ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਮੁਲਤਾਨ ਦੀ ਫੇਰੀ। ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਸਾਹਿਬ ਜੀ ਮੁਲਤਾਨ ਗਏ ਤਾਂ ਮੁਲਤਾਨ ਸ਼ਹਿਰ ਮੁਸਲਮਾਨ ਫਕੀਰਾਂ ਨਾਲ ਭਰਿਆ ਪਿਆ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਆਉਣ ਬਾਰੇ ਸੁਣ ਕੇ ਡਰ ਗਏ ਕਿ ਜੇ ਇਹ ਇੱਥੇ ਟਿਕੇ ਤਾਂ ਸਾਡੀ ਪੂਜਾ ਪ੍ਰਤਿਸ਼ਠਾ ਖਤਮ ਹੋ ਜਾਵੇਗੀ। ਉਹਨਾਂ ਨੇ ਦੁੱਧ ਦਾ ਭਰਿਆ ਹੋਇਆ ਇੱਕ ਕਟੋਰਾ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ, ਜਿਸ ਵਿੱਚ ਇੱਕ ਵੀ ਬੂੰਦ ਦੁੱਧ ਹੋਰ ਨਹੀਂ ਸੀ ਪੈ ਸਕਦਾ, ਜਿਸ ਦਾ ਭਾਵ ਸੀ ਕਿ ਇਹ ਸ਼ਹਿਰ ਤਾਂ ਪਹਿਲਾਂ ਹੀ ਪੀਰਾਂ ਫਕੀਰਾਂ ਨਾਲ ਭਰਿਆ ਪਿਆ ਹੈ, ਇੱਥੇ ਕਿਸੇ ਹੋਰ ਸਾਧੂ ਸੰਤ ਦੀ ਕੋਈ ਥਾਂ ਨਹੀਂ ਹੈ। ਗੁਰੂ ਜੀ ਨੇ ਚਮੇਲੀ ਦਾ ਇੱਕ ਫੁੱਲ ਤੋੜ ਕੇ ਕਟੋਰੇ ਦੇ ਵਿੱਚ ਪਾ ਕੇ ਵਾਪਸ ਭੇਜ ਦਿੱਤਾ, ਜਿਸ ਦਾ ਮਤਲਬ ਸੀ ਕਿ ਅਸੀਂ ਇੱਥੇ ਕਿਸੇ ਉੱਤੇ ਬੋਝ ਨਹੀਂ ਬਣਾਂਗੇ, ਬਲਕਿ ਇਵੇਂ ਸਭ ਦੇ ਦਿਲਾਂ ਦੇ ਵਿੱਚ ਸਮਾ ਜਾਵਾਂਗੇ ਜਿਵੇਂ ਇਸ ਕਟੋਰੇ ਦੇ ਵਿੱਚ ਇਹ ਫੁੱਲ ਸਮਾ ਗਿਆ ਹੈ। ਬਹੁਤ ਸਾਰੇ ਫਕੀਰ ਗੁਰੂ ਜੀ ਨਾਲ ਚਰਚਾ ਕਰਨ ਲਈ ਆਏ, ਪਰ ਸਭ ਹਾਰ ਗਏ। ਅੰਤ ਵਿੱਚ ਉਹ ਗੁਰੂ ਜੀ ਦੇ ਉਪਦੇਸ਼ ਅੱਗੇ ਝੁਕ ਗਏ ਅਤੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਣ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਮੁਲਤਾਨ ਦੀ ਫੇਰੀ। ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਸਾਹਿਬ ਜੀ ਮੁਲਤਾਨ ਗਏ ਤਾਂ ਮੁਲਤਾਨ ਸ਼ਹਿਰ ਮੁਸਲਮਾਨ ਫਕੀਰਾਂ ਨਾਲ ਭਰਿਆ ਪਿਆ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਆਉਣ ਬਾਰੇ ਸੁਣ ਕੇ ਡਰ ਗਏ ਕਿ ਜੇ ਇਹ ਇੱਥੇ ਟਿਕੇ ਤਾਂ ਸਾਡੀ ਪੂਜਾ ਪ੍ਰਤਿਸ਼ਠਾ ਖਤਮ ਹੋ ਜਾਵੇਗੀ। ਉਹਨਾਂ ਨੇ ਦੁੱਧ ਦਾ ਭਰਿਆ ਹੋਇਆ ਇੱਕ ਕਟੋਰਾ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ, ਜਿਸ ਵਿੱਚ ਇੱਕ ਵੀ ਬੂੰਦ ਦੁੱਧ ਹੋਰ ਨਹੀਂ ਸੀ ਪੈ ਸਕਦਾ, ਜਿਸ ਦਾ ਭਾਵ ਸੀ ਕਿ ਇਹ ਸ਼ਹਿਰ ਤਾਂ ਪਹਿਲਾਂ ਹੀ ਪੀਰਾਂ ਫਕੀਰਾਂ ਨਾਲ ਭਰਿਆ ਪਿਆ ਹੈ, ਇੱਥੇ ਕਿਸੇ ਹੋਰ ਸਾਧੂ ਸੰਤ ਦੀ ਕੋਈ ਥਾਂ ਨਹੀਂ ਹੈ। ਗੁਰੂ ਜੀ ਨੇ ਚਮੇਲੀ ਦਾ ਇੱਕ ਫੁੱਲ ਤੋੜ ਕੇ ਕਟੋਰੇ ਦੇ ਵਿੱਚ ਪਾ ਕੇ ਵਾਪਸ ਭੇਜ ਦਿੱਤਾ, ਜਿਸ ਦਾ ਮਤਲਬ ਸੀ ਕਿ ਅਸੀਂ ਇੱਥੇ ਕਿਸੇ ਉੱਤੇ ਬੋਝ ਨਹੀਂ ਬਣਾਂਗੇ, ਬਲਕਿ ਇਵੇਂ ਸਭ ਦੇ ਦਿਲਾਂ ਦੇ ਵਿੱਚ ਸਮਾ ਜਾਵਾਂਗੇ ਜਿਵੇਂ ਇਸ ਕਟੋਰੇ ਦੇ ਵਿੱਚ ਇਹ ਫੁੱਲ ਸਮਾ ਗਿਆ ਹੈ। ਬਹੁਤ ਸਾਰੇ ਫਕੀਰ ਗੁਰੂ ਜੀ ਨਾਲ ਚਰਚਾ ਕਰਨ ਲਈ ਆਏ, ਪਰ ਸਭ ਹਾਰ ਗਏ। ਅੰਤ ਵਿੱਚ ਉਹ ਗੁਰੂ ਜੀ ਦੇ ਉਪਦੇਸ਼ ਅੱਗੇ ਝੁਕ ਗਏ ਅਤੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਣ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਮੁਲਤਾਨ ਦੀ ਫੇਰੀ। ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਸਾਹਿਬ ਜੀ ਮੁਲਤਾਨ ਗਏ ਤਾਂ ਮੁਲਤਾਨ ਸ਼ਹਿਰ ਮੁਸਲਮਾਨ ਫਕੀਰਾਂ ਨਾਲ ਭਰਿਆ ਪਿਆ ਸੀ।
ਉਹ ਗੁਰੂ ਨਾਨਕ ਦੇਵ ਜੀ ਦੇ ਆਉਣ ਬਾਰੇ ਸੁਣ ਕੇ ਡਰ ਗਏ ਕਿ ਜੇ ਇਹ ਇੱਥੇ ਟਿਕੇ ਤਾਂ ਸਾਡੀ ਪੂਜਾ ਪ੍ਰਤਿਸ਼ਠਾ ਖਤਮ ਹੋ ਜਾਵੇਗੀ। ਉਹਨਾਂ ਨੇ ਦੁੱਧ ਦਾ ਭਰਿਆ ਹੋਇਆ ਇੱਕ ਕਟੋਰਾ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ, ਜਿਸ ਵਿੱਚ ਇੱਕ ਵੀ ਬੂੰਦ ਦੁੱਧ ਹੋਰ ਨਹੀਂ ਸੀ ਪੈ ਸਕਦਾ, ਜਿਸ ਦਾ ਭਾਵ ਸੀ ਕਿ ਇਹ ਸ਼ਹਿਰ ਤਾਂ ਪਹਿਲਾਂ ਹੀ ਪੀਰਾਂ ਫਕੀਰਾਂ ਨਾਲ ਭਰਿਆ ਪਿਆ ਹੈ, ਇੱਥੇ ਕਿਸੇ ਹੋਰ ਸਾਧੂ ਸੰਤ ਦੀ ਕੋਈ ਥਾਂ ਨਹੀਂ ਹੈ। ਗੁਰੂ ਜੀ ਨੇ ਚਮੇਲੀ ਦਾ ਇੱਕ ਫੁੱਲ ਤੋੜ ਕੇ ਕਟੋਰੇ ਦੇ ਵਿੱਚ ਪਾ ਕੇ ਵਾਪਸ ਭੇਜ ਦਿੱਤਾ, ਜਿਸ ਦਾ ਮਤਲਬ ਸੀ ਕਿ ਅਸੀਂ ਇੱਥੇ ਕਿਸੇ ਉੱਤੇ ਬੋਝ ਨਹੀਂ ਬਣਾਂਗੇ, ਬਲਕਿ ਇਵੇਂ ਸਭ ਦੇ ਦਿਲਾਂ ਦੇ ਵਿੱਚ ਸਮਾ ਜਾਵਾਂਗੇ ਜਿਵੇਂ ਇਸ ਕਟੋਰੇ ਦੇ ਵਿੱਚ ਇਹ ਫੁੱਲ ਸਮਾ ਗਿਆ ਹੈ। ਬਹੁਤ ਸਾਰੇ ਫਕੀਰ ਗੁਰੂ ਜੀ ਨਾਲ ਚਰਚਾ ਕਰਨ ਲਈ ਆਏ ਪਰ ਸਭ ਹਾਰ ਗਏ। ਅੰਤ ਵਿੱਚ ਉਹ ਗੁਰੂ ਜੀ ਦੇ ਉਪਦੇਸ਼ ਅੱਗੇ ਝੁਕ ਗਏ ਅਤੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਣ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।